ਦੀ ਰਾਤ 10-11 ਜਿਹੜੀ ਧਿਆਨ ਪਿਆ ਜੀ। ਅੱਛਾ। ਤੇ 1:30 ਵਜੇ ਲਗਭਗ ਟਾਈਮ ਸੀ ਤੇ ਕੰਧ ਟੱਪ ਕੇ ਅੰਦਰ ਚੱਲ ਗਿਆ। ਇਹ ਦੋਵੇਂ ਬਜ਼ੁਰਗ ਸੀ, ਇੱਕ ਕਮਰੇ 'ਚ, ਦੂਸਰੇ ਕਮਰੇ 'ਚ ਇਹਨਾਂ ਦਾ ਬੇਟਾ ਅਤੇ ਇਹਨਾਂ ਦੀ ਨੂੰਹ ਸੀ। ਇਹਨਾਂ ਨੇ ਜਾ ਕੇ ਜੀ ਅੰਦਰ ਜਾ ਕੇ ਉਹਨਾਂ ਨੂੰ ਜਾਂਦੇ ਹੀ ਫੜ ਲਿਆ ਬਸ। ਜਾ ਕੇ ਮੁੜ ਕੇ ਇਹਨਾਂ ਨੇ ਕੁਛ ਨਹੀਂ, ਉਹਨਾਂ ਨੂੰ ਮਾਰ ਕੁੱਟ ਕਰਨੀ ਸ਼ੁਰੂ ਕਰਤੀ। ਕੀ ਘਟਨਾ ਕੀ ਵਾਪਰੀ ਰਾਤੀ? ਰਾਤੀ ਮਤਲਬ ਅਸੀਂ ਸੁੱਤੇ ਸੀ, 1 ਵਜੇ ਬਾਹਰੋਂ ਆਏ ਕਾਫੀ ਜਾਣੇ, 12-13 ਜਾਣੇ। ਤੇ ਮਤਲਬ ਉਹਨਾਂ ਨੇ ਬੂਹਾ ਖੁੱਲਾ ਆਇਆ ਸੀ ਮੰਮੀ ਨਾਲ ਦਾ, ਤੇ ਉਹਨਾਂ ਨੇ ਅਚਾਨਕ ਉਹਨਾਂ ਨੂੰ ਮਤਲਬ ਮਾਰ ਕੁੱਟ ਕੀਤੀ ਉਹਨਾਂ ਦੀ ਬੜੀ, ਤੇ ਗਹਿਣਾ ਲੈ ਗਏ ਸਾਰਾ ਉਹਨਾਂ ਦਾ ਕੱਢ ਗਏ। ਕਿੰਨੇ ਮੈਂਬਰ ਹੋ ਘਰ 'ਚ? 5 ਜਾਣੇ, ਛੋਟਾ ਬੱਚਾ ਤੇ 4 ਜਾਣੇ ਸੀ। ਕਿੱਧਰਲੀ ਸਾਈਡ ਦੀ ਆਏ ਹੋ ਜਦੋਂ ਅੰਦਰ ਵੜੇ ਆ? ਮੇਨ 2 ਥਾਣੇ। ਤੁਸੀਂ ਥਾਣੇ ਵੀ ਗਏ ਸੀ ਕਿ ਰਾਤੀ? ਹਾਂਜੀ, ਨੁਕਸਾਨ ਹੋਇਆ ਤੁਹਾਡਾ? ਕਾਫੀ ਨੁਕਸਾਨ ਹੋਇਆ, ਪਾਪਾ ਦੇ ਕਾਫੀ ਸੱਟ ਲੱਗੀ ਆ, 3-4 ਜਗ੍ਹਾ ਸਿਰ ਫਾਟਾ, ਬੱਤੀ। ਕਿੱਥੇ ਹੈਗੇ ਹੁਣ ਉਹ? ਐਮਰਜੈਂਸੀ ਨੇ ਗੁਰੂ ਨਾਨਕ ਗੁਰੂ ਰਾਮਦਾਸ ਹਸਪਤਾਲ। ਤੇ ਹੋਰ ਕਿਤੇ ਕਿਤੇ ਸੱਟਾਂ ਲੱਗੀਆਂ? ਔਰ ਮੰਮੀ ਦੇ ਮਤਲਬ ਬਾਹਾਂ ਦੇ ਕਾਫੀ ਉਹਨਾਂ ਨੇ ਗਡਾਸੀਆਂ ਵਗੈਰਾ ਮਾਰੀਆਂ, ਕੰਨ ਚੋਂ ਵਾਲੀਆਂ ਵਗੈਰਾ ਖਿੱਚੀਆਂ, ਕੰਨ ਫਟੇ ਪਏ ਉਹਨਾਂ ਦੇ ਸਾਰੇ। ਕੰਮ ਕਿਤੇ ਸ਼ੱਕ ਹੈਗਾ ਜੇ ਕਿਸੇ ਬਾਤ ਦਾ? ਫਿਲਹਾਲ ਨਹੀਂ, ਸਾਡੇ ਘਰੇ ਇੰਨਾ ਆਉਣਾ ਜਾਣਾ ਹੈ ਨਹੀਂ ਕਿਸੇ ਦੇ, ਬਾਕੀ ਅਸੀਂ ਮੈਂ ਤੇ ਪਾਪਾ ਡਿਊਟੀ ਚਲ ਜਾਂਦੇ ਹਾਂ, ਇੰਨਾ ਪਤਾ ਨਹੀਂ ਕੌਣ ਆਉਂਦਾ ਕੌਣ ਜਾਂਦਾ ਆ, ਨਹੀਂ ਕਦੀ ਇੰਨਾ ਧਿਆਨ ਦਿੱਤਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ, ਕਿੰਨਾ ਕੁ ਤੁਹਾਡੀ ਜਿਹੜੀ ਕੈਸ਼ ਗਿਆ ਵਾ ਤੇ ਕਿੰਨਾ ਕੁ ਸੋਨਾ? ਕੈਸ਼ ਤੇ ਡੈਡੀ ਨਾਲ ਪਤਾ ਕਿ ਕਿੰਨਾ ਕੁ, ਬਾਕੀ ਜਿਹੜਾ ਮੇਰੇ ਅਕੋਰਡਿੰਗ 24-25 ਤੋਲੇ ਗਹਿਣਾ ਸੀ ਸਾਡਾ, ਬਾਕੀ ਉਹਨਾਂ ਦਾ ਜਿਹੜਾ ਹੈਗਾ ਸੀ ਕੁਝ ਦੀਦੀ ਦਾ ਪਿਆ ਸੀ ਸਾਡੇ ਕੋਲ, ਤੇ ਉਹ ਵੀ ਉਹ ਲੈ ਗਏ ਆ ਸਾਰਾ। ਕੀ ਮੰਗ ਕਰਦੇ ਪ੍ਰਸ਼ਾਸਨ ਨੂੰ? ਸਾਨੂੰ ਇਨਸਾਫ ਦਵਾਇਆ ਜਾਵੇ। ਰਾਤੀ ਕੀ ਘਟਨਾ ਵਾਪਰੀ, ਤੁਸੀਂ ਮੌਕੇ ਤੇ ਆਏ? ਇਹ ਜੀ ਰਾਤ 10-11 ਜਣੇ ਇੱਥੇ ਆਣ ਪਏ ਜੀ ਘਰ। ਅੱਛਾ। 1:30 ਵਜੇ ਦੇ ਲਗਭਗ ਟਾਈਮ ਸੀ ਤੇ ਕੰਧ ਟੱਪ ਕੇ ਅੰਦਰ ਚੱਲ ਗਏ। ਇਹ ਦੋਵੇਂ ਬਜ਼ੁਰਗ ਸੀ, ਇੱਕ ਕਮਰੇ 'ਚ, ਦੂਸਰੇ ਕਮਰੇ 'ਚ ਇਹਨਾਂ ਦਾ ਬੇਟਾ ਅਤੇ ਇਹਨਾਂ ਦੀ ਨੂੰਹ ਸੀ। ਇਹਨਾਂ ਨੇ ਜਾ ਕੇ ਜੀ ਅੰਦਰ ਜਾ ਕੇ ਉਹਨਾਂ ਨੂੰ ਜਾਂਦੇ ਫੜ ਲਿਆ ਬਸ। ਜਾ ਕੇ ਤੇ ਮੁੜ ਕੇ ਇਹਨਾਂ ਨੇ ਕੁਛ ਨਹੀਂ, ਉਹਨਾਂ ਨੂੰ ਮਾਰ ਕੁੱਟ ਕਰਨੀ ਸ਼ੁਰੂ ਕਰਤੀ। ਇਹਨਾਂ ਨੇ ਸਮਾਨ ਵੀ ਸਾਰਾ ਦੇ ਦਿੱਤਾ ਉਹਨਾਂ ਨੂੰ ਕੱਢ ਕੇ ਵੀ ਸਾਨੂੰ ਨਾ, ਉਹਨਾਂ ਕਿਹਾ ਵੀ ਨਹੀਂ, ਬਹੁਤ ਮਾਰਿਆ ਜੀ ਉਹਨਾਂ ਨੂੰ ਸਾਰਾ ਸਿਰ, ਉਹਨਾਂ ਦਾ ਇੰਜਰਡ ਕਰਤਾ ਉਹਦਾ ਦੋਵਾਂ ਜੀਆਂ ਦਾ ਜੀ, ਅਤੇ ਬਹੁਤ ਸੀਰੀਅਸ। ਕਿਸ ਤਰ੍ਹਾਂ ਹੁਣ ਕਿੱਥੇ ਹੈ ਬਚਾ? ਮੈਂ ਜੀ ਇੱਥੋਂ ਮੁੜ ਕੇ ਇਹਨਾਂ ਨੇ ਮੈਨੂੰ ਜਿਹੜੀ ਨੌ ਸੀ ਉਹਨੇ ਅੰਦਰੋਂ ਫੋਨ ਕੀਤਾ, ਉਹਨੇ ਮੈਂ ਫੋਨ ਕੀਤਾ, ਫਿਰ ਮੈਂ ਘਰੋਂ ਆਇਆ ਜੀ, ਫਿਰ ਆਣ ਕੇ ਇਹਨਾਂ ਨੂੰ ਮੈਂ ਹੁਣ ਕਿੱਥੇ ਗਿਆ ਇਸ ਟਾਈਮ ਤੇ ਜਿਹੜੇ ਇੰਜਰਡ ਆ, ਕਿੱਥੇ ਗਿਆ? ਇਹ ਗੁਰੂ ਰਾਮਦਾਸ ਹਸਪੀਟਲ ਐਡਮਿਟ ਕਰਾਇਆ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਤਾਂ ਇਹੋ ਵੇਖੋ ਜੀ ਹੁਣ ਕੀ ਬਣਦਾ, ਤੁਹਾਡੇ ਸਾਹਮਣੇ ਆ, ਵੇਖ ਲਓ ਆ 3-4 ਵਾਰ ਤਾਂ ਹੋ ਗਿਆ ਤੁਹਾਡੇ ਨਾਲ। ਰਾਤੀ ਜਦੋਂ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਤੇ ਕੀ ਅੱਗੇ ਉਹਨਾਂ ਵੱਲੋਂ ਕੀ ਜਵਾਬ? ਇਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਜੀ, ਕਿਸੇ ਨੇ ਪਹਿਲਾਂ ਫੋਨ ਨਹੀਂ ਚੁੱਕਿਆ, ਬਾਅਦ ਵਿੱਚ ਅਸੀਂ ਗਏ ਹਾਂ ਤਾਂ ਗੇਟ ਇਹਨਾਂ ਦਾ ਬੰਦ ਸੀ। ਅਸੀਂ ਗੇਟ ਕਾਫੀ ਟਾਈਮ ਇਹਨਾਂ ਦਾ ਮਤਲਬ ਸਾਰੇ ਬੰਦੇ ਮੇਰੇ ਨਾਲ ਸੀ ਬੰਦੇ ਵਾਲੇ, ਇਹਨਾਂ ਨੇ ਨਹੀਂ ਖੋਲਿਆ। ਫਿਰ ਅਸੀਂ ਵਾਪਸ ਆਣ ਕੇ ਫਿਰ ਇਹਨਾਂ ਨੂੰ ਹਸਪੀਟਲ ਲੈ ਗਏ ਤੇ ਮੁੜ ਕੇ ਇਹਨਾਂ ਨੇ ਕੁਛ ਨਹੀਂ, ਮਤਲਬ ਹੁਣ ਆਏ ਆ ਸਵੇਰੇ, ਰਾਤ ਕੋਈ ਨਹੀਂ, ਮੁੜ ਕੇ ਇੱਕ ਚੌਂਕੀ ਇੰਚਾਰਜ ਆਇਆ ਰਾਤ, ਉਹ 3 ਵਜੇ ਮੇਰਾ ਖਿਲਾਇਆ, ਬਾਅਦ ਚ ਹੁਣ ਆਏ। ਜਾਣਕਾਰੀ ਦੇਣਾ ਜੀ, ਰਾਤੀ ਇੱਥੇ ਵਾਰਦਾਤ ਹੋਈ, ਇੱਕ ਬਲਜੀਤ ਸਿੰਘ ਨੇ ਸਾਲਾ ਬਣਾ ਸੀ ਉਹਨਾਂ ਦੇ ਘਰੇ, ਉੱਥੇ ਹੋਈ ਹੈ ਰਾਤੀ ਵਾਰਦਾਤ। ਰਾਜਵਿੰਦਰ ਸਿੰਘ ਸੱਟਾਂ 2 ਜਣੇ ਨੇ, ਕਿਹੜੇ ਹਸਪਤਾਲ? ਗੁਰੂ ਰਾਮਦਾਸ ਫਾਇਰਿੰਗ ਵੀ ਕੀਤੀ ਗਈ ਹੈ ਜੀ। ਗੋਲੀ ਮਾਰੀ ਵੈਰੀਫਾਈ, ਉਹ ਇੱਥੇ ਇੱਕ ਮੁੰਡਾ ਵਰਿੰਦਰ ਸਿੰਘ ਫੋਰਨਰ ਕਰਕੇ ਆ, ਤੋਂ ਪਿੰਡ ਵਾਲੀ ਗਲੀ ਤੋਂ, ਪ੍ਰੇਮੀਆਂ ਵਾਲੀ ਗਲੀ 'ਚ ਇਹਨਾਂ ਦਾ ਘਰ ਆ, ਤਰਤਾ ਰੋਡ 'ਤੇ। ਉਹ ਮੁੰਡਾ ਸਾਨੂੰ ਮੇਨ ਉਹਦੀ ਜ਼ਰੂਰਤ ਆ, ਅਤੇ ਉਹ ਵਰਿੰਦਰ ਆ ਮੇਨ।
ਕਾਲੇ ਇਲਮ ਅਤੇ ਰੂਹਾਨੀ ਇਲਮ ਦੇ ਮਾਹਿਰ ਬਾਬਾ ਰਹਿਮਤ ਖਾਨ 2 ਘੰਟੇ 'ਚ ਕਰ ਬੈਠੇ ਸਮਾਧਾਨ। ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼ ਅਤੇ ਲਾਟਰੀ ਨੰਬਰ ਦੇ ਮਾਹਿਰ ਬਾਬਾ ਰਹਿਮਤ ਖਾਨ, ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। ਕਰੋ ਸੰਪਰਕ 7339998181।